ਇਸ ਲਈ ਕਹਿੰਦਾ ਉੱਥੇ ਚਲਾ ਜਾ, ਸਿਦੋਨ ਦੇ ਸਾਰਫਤ ਚ ਚਲਾ ਜਾ, ਉੱਥੇ ਜਾ ਕੇ ਕੀ ਕਰ ਟਿਕ। ਕਹਿੰਦਾ ਮੈਂ ਨੀ ਟਿਕਣਾ ਮੇਲੀਆ, ਮੈਂ ਨੀ ਟਿਕਣਾ, ਮੈਂ ਕੀ ਹਾਂ ਐਸਾ? ਸਭ ਬੋਲੋ ਨਹੀਂ। ਸਵਾਲ ਕੀ ਨਹੀਂ ਹੁੰਦਾ, ਤਜਰਬਾ ਕਰਨਾ ਲਿਖਾ। ਉਹ ਤੋਂ ਤੁਰ ਪਿਆ ਤੇ ਵੇਖ, ਮੈਂ ਇੱਕ ਵਿਧਵਾ ਤੀਵੀਂ ਨੂੰ ਹੁਕਮ ਦਿੱਤਾ ਹੈ ਤੇਰੇ ਵਿਖੇ ਦੇ ਵਿੱਚ, ਤੇਰੇ ਵਿਸ਼ੇ ਦੇ ਵਿੱਚ, ਤੇਰੇ ਲਈ ਇੱਕ ਵਿਧਵਾ ਤੀਵੀਂ ਨੂੰ ਕੀ ਦੇ ਚੁੱਕਿਆ ਹਾਂ, ਹੁਕਮ ਦੇ ਚੁੱਕਿਆ ਹਾਂ ਕਿ ਉਹ ਤੇਰੀ ਪਾਲਣਾ, ਉਹ ਤੇਰੀ ਪ੍ਰਤਪਾਲ ਕਰੇਗੀ, ਤੇਰੀ ਪਾਲਣਾ, ਤੇਰੀ ਸੇਵਾ ਕਰੇਗੀ। ਸੋ ਉਹ ਉੱਠਿਆ, ਉਹ ਉੱਠਿਆ ਤੇ ਸਾਰਫਤ ਨੂੰ ਚਲਿਆ ਗਿਆ। ਸਿਦੋਨ ਦੇ ਕੀ ਚਲਾ ਗਿਆ, ਸਾਰਫਤ ਨੂੰ ਚਲਾ ਗਿਆ। ਜਾਂ ਸ਼ਹਿਰ ਦੇ ਦਰਵਾਜ਼ੇ ਕੋਲ ਆਇਆ, ਉਹਨੇ ਅੱਜ ਥਕਾਵਟ ਬੜੀ ਹੋਈ, ਕੱਲ ਨੂੰ ਤੁਰ ਪੂੰ ਸਵੇਰੇ ਤੜਕੇ, ਅੱਜ ਖਦਾ ਮੇਰੀਆਂ ਲੱਤਾਂ ਬੜੀਆਂ ਥੱਕੀਆਂ ਨੇ, ਐਸਾ ਨਹੀਂ। ਜਦੋਂ ਹੁਕਮ ਹੋਇਆ ਉਦੋਂ ਹੀ ਕੀ ਹੋ ਗਿਆ, ਤੁਰ ਪਿਆ। ਤਜਰਬਾ ਕਰਨਾ ਤੋ ਜਾਂ ਸ਼ਹਿਰ ਦੇ ਦਰਵਾਜ਼ੇ ਕੋਲ ਆਇਆ, ਦੇਖੀ ਜਾਣਾ ਤੁਸੀਂ ਜਦੋਂ ਕੀ ਆਇਆ, ਸ਼ਹਿਰ ਦੇ ਦਰਵਾਜ਼ੇ ਦੇ ਕੋਲ ਆਇਆ ਤਾਂ ਵੇਖੋ ਉੱਥੇ ਇੱਕ ਵਿਧਵਾ ਤੀਵੀਂ ਲੱਕੜੀ ਚੁੱਕ ਰਹੀ ਸੀ। ਕੀ ਹੋ ਰਿਹਾ ਸੀ ਉੱਥੇ, ਇੱਕ ਵਿਧਵਾ ਤੀਵੀਂ ਕੀ ਚੁੱਕ ਰਹੀ ਸੀ ਸ਼ਹਿਰ ਦੇ ਦਰਵਾਜ਼ੇ ਕੋਲ ਜਦੋਂ ਆਇਆ, ਤੇ ਇੱਕ ਵਿਧਵਾ ਕੀ ਚੁੱਕ ਰਹੀ ਸੀ, ਲੱਕੜੀਆਂ ਚੁੱਕ ਰਹੀ ਸੀ। ਹਾਲੇਲੂਇਆ, ਸੁਣ ਰਹੇ ਨਾ ਸਭ, ਆ ਦੋ ਚਾਰ ਸ਼ਬਦ ਸੁਣਨ ਵਾਲੇ ਨੇ, ਮੈਂ ਇਸ ਲਈ ਠੇਠ ਪੰਜਾਬੀ ਚ ਬੋਲ ਰਿਹਾ ਜ਼ਿਆਦਾ। ਇੱਕ ਵਿਧਵਾ ਕੀ ਚੁੱਕ ਰਹੀ ਹੈ, ਲੱਕੜਾਂ ਚੁੱਕ ਰਹੀ ਹੈ, ਇੱਕ ਔਰਤ ਲੱਕੜਾਂ ਬੀਨ ਰਹੀ ਹੈ, ਲੱਕੜਾਂ ਚੁੱਕ ਰਹੀ ਹੈ। ਸੁਣੀਏ ਕੀ ਚੁੱਕ ਰਹੀ ਹੈ, ਕਿਉਂ? ਕਿਉਂਕਿ ਉਹਨੂੰ ਹੁਕਮ ਹੋਇਆ, ਉਹਨੂੰ ਕੀ ਹੋਇਆ ਹੈ। ਮੇਰੇ ਗੱਲ ਨੂੰ ਥੋੜਾ ਫਾਲੋ ਕਰਨਾ ਹੈ ਪਾਸਟਰ ਜੀ, ਮੈਂ ਗੱਲ ਬੋਲਣ ਲੱਗਾ, ਸਾਣਾ ਨਹੀਂ ਆ। ਗਿਣਤੀਆਂ ਦੀ ਕਿਤਾਬ 15ਵਾਂ ਬਾਪ ਉਹਦੀ 36 ਆਇਤ ਪੜ੍ਹੀਏ, ਦੇਖੀਏ ਕੀ ਹੋ ਰਿਹਾ ਹੈ। ਜਦ ਇਸਰਾਇਲੀ ਉਜਾੜ ਵਿੱਚ ਸਨ, ਜਦੋਂ ਇਸਰਾਇਲੀ ਜਾੜ ਵਿੱਚ ਸੀ, ਤਾਂ ਉਹਨਾਂ ਨੂੰ ਇੱਕ ਮਨੁੱਖ ਸੱਬਤ ਦੇ ਦਿਨ, ਉਹਨਾਂ ਨੂੰ ਇੱਕ ਆਦਮੀ ਸੱਬਤ ਦੇ ਦਿਨ ਲੱਕੜੀਆਂ ਚੁੱਕਦਾ ਹੋਇਆ ਮਿਲਿਆ। ਆਹ ਦੇਖੋ, ਆਹ ਕਸੀਦਾਕਾਰੀ ਦੇਖੋ, ਜਦੋਂ ਇਸਰਾਇਲੀ ਕਿੱਥੇ ਸੀ, ਉਜਾੜ ਵਿੱਚ ਸੀ, ਤਾਂ ਉਹਨਾਂ ਨੂੰ ਇੱਕ ਸ਼ਖਸ ਮਿਲਿਆ ਜਿਹੜਾ ਸੱਬਤ ਦੇ ਦਿਨ ਕੀ ਚੁੱਕ ਰਿਹਾ ਸੀ, ਲੱਕੜੀਆਂ। ਹੁਣ ਉਹ ਵੀ ਲੱਕੜਾਂ ਚੁੱਕ ਰਹੀ ਆ ਤੇ ਉਹ ਵੀ ਕੀ ਚੁੱਕ ਰਿਹਾ ਹੈ, ਡਿਫਰੈਂਸ ਕੀ ਆ, ਫਰਕ ਕੀ ਹੈ? ਮਤ ਕਹਿੰਦਾ ਆਲਾ ਦੁਆਲਾ ਲਵੇਟ ਲਵੇਟ ਕੇ ਲੈ ਜਾਣਾ ਬਹੁਤ ਸੌਖਾ ਹੈ, ਲੇਕਿਨ ਮੈਂ ਬਾਰ ਬਾਰ ਬੋਲਦਾ, ਮੇਰੇ ਵੱਡਿਆਂ ਨੇ ਮੈਨੂੰ ਸਿਖਾਈ, ਕਹਿੰਦੇ ਆਹ ਕੰਮ ਬਹੁਤ ਔਖਾ ਹੈ। ਲੱਕੜਾਂ ਵਿਧਵਾ ਵੀ ਚੁੱਕ ਰਹੀ ਹੈ ਤੇ ਲੱਕੜਾਂ ਉਜਾੜ ਵਿੱਚ ਜਦੋਂ ਇਜ਼ਰਾਇਲ ਸੀ ਤੇ ਉਹ ਵੀ ਆਦਮੀ ਕੀ ਕਰ ਰਿਹਾ ਹੈ। ਔਰ ਜਿਸ ਮਕਸਦ ਦੇ ਲਈ ਵਿਧਵਾ ਲੱਕੜਾਂ ਚੁੱਕ ਰਹੀ ਆ, ਉਸੇ ਮਕਸਦ ਦੇ ਲਈ ਉਹ ਆਦਮੀ ਕੀ ਚੁੱਕ ਰਿਹਾ ਹੈ। ਵਿਧਵਾ ਵੀ ਰੋਟੀ ਪਕਾਉਣ ਲਈ, ਲੱਕੜਾਂ ਚੁੱਕਣ ਲਈ, ਚੁੱਲ੍ਹਾ ਬਾਲਣ ਲਈ, ਤੇ ਉਹ ਆਦਮੀ ਵੀ ਚੁੱਲ੍ਹਾ ਬਾਲਣ ਲਈ, ਰੋਟੀ ਪਕਾਉਣ ਲਈ ਕੀ ਕਰਨ ਰਿਹਾ ਹੈ? ਮਕਸਦ ਕੀ ਹੈ, ਕੀ ਹੈ? ਆਪ ਬੋਲਦੇ ਕਿਉਂ ਨਹੀਂ? ਟੰਗ ਹੈ ਨਾ, ਜ਼ਬਾਨ ਹੈ ਨਾ ਮੂੰਹ ਚ, ਬੋਲੀਏ, ਬੋਲਦੇ ਕਿਉਂ ਨਹੀਂ ਤੁਸੀਂ? ਥੋੜਾ ਤਰ ਸਿਖਾਓ, ਸਾਡੇ ਅੰਦਰ ਵੀ ਉਤਸਿਰ ਹੈਗਾ, ਜ਼ਬਾਨ ਆ, ਮਾਦਾ ਥਕਾਵਟ ਸਾਨੂੰ ਵੀ ਹੁੰਦੀ, ਜਵਾਬ ਦਿਓ, ਕਾਹਦੇ ਲਈ ਆਏ ਹੋ ਤੁਸੀਂ? ਕੀ ਕੋਈ ਫਰਕ ਹੈ? ਸਭ ਬੋਲੋ, ਉਹ ਵੀ ਕੀ ਚੁੱਕ ਰਹੀ ਹੈ ਤੇ ਉਹ ਵੀ ਕੀ ਚੁੱਕ ਰਿਹਾ ਹੈ, ਲੇਕਿਨ ਇੱਕ ਨੂੰ ਲੱਕੜਾਂ ਚੁਣਨ ਨਾਲ ਆਸ਼ੀਸ਼ ਮਿਲੀ ਔਰ ਇੱਕ ਨੂੰ ਲੱਕੜਾਂ ਚੁਣਨ ਨਾਲ ਸਜ਼ਾ ਮਿਲੀ। ਅੱਜ ਬੜੇ ਲੋਕ ਸੇਵਾ ਕਰ ਰਹੇ ਨੇ, ਇਹ ਲੱਕੜਾਂ ਚੁਗਣ ਨੂੰ ਕਈ ਗੱਲਾਂ ਨਾਲ ਤਰਜੀਹ ਕਰ ਸਕਦੇ ਸੀ, ਕਈ ਗਵਾਹੀਆਂ ਦਿੰਦੇ ਨੇ ਪੁਆੜਾ ਪਾਉਣ ਲਈ, ਕਈ ਗਵਾਹੀ ਦਿੰਦੇ ਨੇ ਲੋਕਾਂ ਦਾ ਇਮਾਨ ਵਧਾਉਣ ਲਈ, ਕਈ ਸੇਵਾ ਕਰ ਰਹੇ ਨੇ ਮੁਕਾਬਲੇ ਵਾਸਤੇ ਤੇ ਕਈ ਸੇਵਾ ਕਰ ਰਹੇ ਨੇ ਰੂਹਾਂ ਦੇ ਬਚਾਓ ਵਾਸਤੇ।
ਕਈਆਂ ਨੇ ਸੰਸਥਾਵਾਂ ਬਣਾਈਆਂ ਨੇ ਲੋਕਾਂ ਨੂੰ ਕਾਮਲ ਕਰਨ ਦੇ ਲਈ, ਔਰ ਕਈਆਂ ਨੇ ਸੰਸਥਾਵਾਂ ਬਣਾਈਆਂ ਨੇ ਬਿਲਡਅਪ ਹੋਣ ਲਈ, ਆਪਣਾ ਬਿਜ਼ਨਸ ਅਪ ਕਰਨ ਦੇ ਲਈ। ਲੇਕਿਨ ਅਸੀਂ ਦੇਖਦੇ ਹਾਂ ਸਾਨੂੰ ਫਰਕ ਨਜ਼ਰ ਨਹੀਂ ਆਉਂਦਾ, ਕਹਿੰਦੇ ਉਹ ਵੀ ਲੱਕੜਾਂ ਚੁਗੰਡੀ, ਇਹ ਵੀ ਲੱਕੜਾਂ ਚੁਗੰਡੇ, ਯਾਰ ਅਸੀਂ ਕੀ ਲੈਣਾ ਦੇਣਾ, ਉਹ ਵੀ ਲੱਕੜਾਂ ਚੁਗੰਡੀ, ਉਹਨੇ ਵੀ ਚਿੱਲਾ ਬਾਲਣਾ, ਇਹ ਵੀ ਲਚਾਰਾ ਲੱਕੜਾਂ ਚੁਗੰਡਿਆ, ਇਹਨੇ ਕਿਹੜਾ ਪਾਪ ਕੀਤਾ, ਇਹਨੇ ਵੀ ਤਾਂ ਕੀ ਬਾਲਣਾ, ਚਿੱਲਾ ਬਾਲਣਾ, ਇਹਨੇ ਵੀ ਤੇ ਰੋਟੀ ਪਕਾਉਣੀ ਆ, ਉਹਨੇ ਵੀ ਰੋਟੀ ਪਕਾਉਣੀ, ਛੱਡੋ ਖੜਾ ਆਪਾਂ ਕੀ ਲੈਣਾ ਦੇਣਾ, ਇਹ ਕਹਿ ਕੇ ਅਸੀਂ ਚੁੰਨੀ ਝਾੜ ਦਿੰਦੇ ਹਾਂ, ਲੀੜਾ ਝਾੜ ਕੇ ਤੇ ਕੀ ਪੈ ਜਾਂਦੇ ਰਹੋ। ਲੇਕਿਨ ਐਸਾ ਨਹੀਂ ਹੈ, ਐਸਾ ਨਹੀਂ ਹੈ। ਦੇਖੀਏ ਜਦੋਂ ਏਲੀਆਂ ਫਾਟਕ ਤੇ ਆਇਆ ਸਿਦੋਨ ਦੇ ਸਾਰਪਤ ਦੇ, ਤਾਂ ਵਿਧਵਾ ਕੀ ਚੁੱਗ ਰਹੀ ਹੈ? ਲੱਕੜਾਂ ਚੁੱਗ ਰਹੀ ਹੈ। ਔਰ ਬਾਈਬਲ ਦੱਸਦੀ ਜਦੋਂ ਇਸਰਾਇਲੀ ਉਜਾੜ ਵਿੱਚ ਸੀ ਤੇ ਉਹਨਾਂ ਨੂੰ ਵੀ ਇੱਕ ਸ਼ਖਸ ਮਿਲਿਆ ਜਿਹੜਾ ਸੱਬਤ ਦੇ ਦਿਨ ਕੀ ਚੁੱਗ ਰਿਹਾ ਹੈ, ਸੇਮ ਹੈ, ਦੋਵੇਂ ਇੱਕੋ ਨੇ। ਲੇਕਿਨ ਇੱਥੇ ਅਸੀਂ ਦੇਖਦੇ ਹਾਂ, ਥੋੜਾ ਵਿਚਾਰਦੇ ਹਾਂ ਜਾਗਰੂਕ ਹੋਣ ਦੇ ਲਈ। ਤੁਸੀਂ ਜਾਗਰੂਕ ਹੋਣਾ ਚਾਹੁੰਦੇ ਹੋ ਤੇ ਬਚਨ ਨੂੰ ਸੁਣੋ, ਹਾਲੇਲੂਇਆ। ਜਾਗਰੂਕ ਹੋਣ ਦੇ ਲਈ ਬਚਨ ਸੁਣਨਾ ਪੈਣਾ ਤੁਹਾਨੂੰ, ਅਗਿਆਨਤਾ ਦਾ ਖਾਤਮਾ ਕਰਨ ਦੇ ਲਈ ਜ਼ਿੰਦਗੀ ਚੋਂ ਤੁਹਾਨੂੰ ਬਚਨ ਸੁਣਨਾ ਪੈਣਾ ਹੈ। ਹਨੇਰਾ ਮੁੱਕ ਜਾਏ, ਤੁਹਾਡੀ ਜ਼ਿੰਦਗੀ ਚੋਂ ਚਲਾ ਜਾਏ, ਤਾਂ ਤੁਹਾਨੂੰ ਬਚਨ ਸੁਣਨਾ ਪੈਣਾ ਹੈ, ਕਿਉਂਕਿ ਯਸੂ ਦਾ ਬਚਨ, ਖੁਦਾ ਦਾ ਬਚਨ ਜਗਤ ਦਾ ਚਾਨਣ ਹੈ। ਇਸ ਲਈ ਦੋਵੇਂ ਕੀ ਚੁੱਗ ਰਹੇ ਨੇ? ਲੇਕਿਨ ਕੀ ਹੋਇਆ, ਪੜੀਏ ਤਰ੍ਹਾਂ, ਜਿਨ੍ਹਾਂ ਉਹਨੂੰ ਲੱਕੜੀਆਂ ਚੁੱਗਦਿਆਂ ਮਿਲਿਆ, ਜਿਨ੍ਹਾਂ ਉਹਨੂੰ ਸੱਬਤ ਦੇ ਦਿਨ ਲੱਕੜਾਂ ਚੁੱਗਦੇ ਦੇਖਿਆ, ਉਸ ਨੂੰ ਮੂਸਾ ਹਰੂਨ ਅਤੇ ਸਾਰੀ ਉਹਨਾਂ ਨੂੰ ਮੂਸਾ ਤੇ ਹਰੂਨ ਤੇ ਸਾਰੀ ਜਮਾਤ ਦੇ ਕੋਲ ਫੜ ਲਿਆ, ਤਾਂ ਉਹਨਾਂ ਨੇ ਉਸ ਨੂੰ ਬੰਦੀਖਾਨੇ ਵਿੱਚ, ਉਹਨੂੰ ਬੰਦੀਖਾਨੇ ਵਿੱਚ ਪਾ ਦਿੱਤਾ ਗਿਆ। ਹਾਲੇਲੂਇਆ। ਉਸ ਨੂੰ ਕੀ ਪਾ ਦਿੱਤਾ ਗਿਆ? ਬੰਦੀਖਾਨੇ ਵਿੱਚ ਪਾ ਦਿੱਤਾ ਗਿਆ। ਕਿਉਂ ਬੰਦੀਖਾਨੇ ਵਿੱਚ ਪਾ ਦਿੱਤਾ ਗਿਆ? ਕਿਉਂਕਿ ਉਹ ਹੁਕਮ ਦੀ ਉਲੰਘਣਾ ਕਰਕੇ ਕੀ ਚੁੱਗ ਰਿਹਾ ਸੀ? ਖੁਦਾ ਦੇ ਕਲਾਮ ਨੂੰ ਆਪ ਨਾ ਮੰਨਦਾ ਹੋਇਆ ਕੀ ਚੁੱਗ ਰਿਹਾ ਸੀ? ਅੱਜ ਕਲੀਸੀਆ ਦੇ ਵਿੱਚ ਇਹ ਮਾਦਾ ਹੈ ਕਿ ਆਹ ਬੰਦਾ ਹੁਕਮ ਚ ਨਹੀਂ ਆ, ਤੇ ਇਹਨੂੰ ਕੀ ਪਾ ਦੋ? ਬੰਦੀਖਾਨੇ ਵਿੱਚ ਪਾ ਦੋ। ਤੁਸੀਂ ਪੁੱਛ ਹੀ ਬੰਦੀਖਾਨੇ ਚ ਕਿੱਦਾਂ ਪਾ ਸਕਦੇ? ਮੈਂ ਤੁਹਾਨੂੰ ਤਰੀਕਾ ਦੱਸ ਦਿੰਦਾ। ਕੌਣ ਕੌਣ ਤਰੀਕਾ ਸਿੱਖਣਾ ਚਾਹੁੰਦਾ? ਜਿਹੜਾ ਖਾਤਮ ਹੁਕਮ ਦੀ ਕੀ ਕਰਦਾ, ਜਿਹੜਾ ਬੰਦਾ ਹੁਕਮ ਦੀ ਉਲੰਘਣਾ ਕਰਦਾ, ਉਹਨੂੰ ਕੀ ਪਾ ਦਿੱਤਾ ਉਹਨਾਂ ਨੇ? ਕਿੱਦਾਂ ਪੁੱਛੋ, ਕਿੱਦਾਂ ਕਿੱਦਾਂ ਪਾਉਣਾ ਬੰਦੀਖਾਨੇ ਚ? ਉਹਦੇ ਲਈ ਬੰਦੀਖਾਨਾ ਇਹੋ ਹੀ ਆ, ਉਹਦੇ ਨਾਲ ਉਹ ਲਿੰਕ ਤੋੜ ਦਿਓ। ਹੁਣ ਜਿਹੜੇ ਬੰਦੇ ਨੇ 100 ਘਰ ਫਿਰਨਾ ਸੀ, ਜਦੋਂ ਉਹਨੂੰ ਕਿਸੇ ਘਰ ਚ ਪਨਾਹ ਨਾ ਮਿਲੀ, ਤਾਂ ਉਹਦੇ ਲਈ ਬੰਦੀਖਾਨਾ ਹੀ ਆ। ਇਹ ਵਿਗਾੜਦੀ ਹੈ, ਤੇ ਕੌਣ ਵਿਗਾੜਦੀ ਹੈ? ਸੰਗਤ ਵਿਗਾੜਦੀ ਹੈ। ਤੁਸੀਂ ਵਿਗਾੜ ਵੀ ਸਕਦੇ ਜੇ ਸੇਵਕਾਂ ਨੂੰ, ਤੇ ਤੁਸੀਂ ਸੇਵਕਾਂ ਨੂੰ ਸੁਧਾਰ ਵੀ ਸਕਦੇ ਜੇ। ਮੈਂ ਗਲਤ ਨਹੀਂ ਬੋਲਣ ਡਿਆ, ਬਾਹਰ ਤਾਂ ਨਹੀਂ ਬੋਲਣ ਡਿਆ ਬਚਨ ਚੋਂ, ਕਿਉਂਕਿ ਜਦੋਂ ਮੈਂ ਬੋਲਦਾ ਨਾ, ਮੇਰੇ ਵੱਸ ਦੀ ਗੱਲ ਨਹੀਂ, ਤੇ ਰੱਬ ਦੇ ਰੂਹ ਦੀ ਗੱਲ ਆ। ਉਹਨੂੰ ਕੀ ਪਾ ਦੋ? ਬੰਦੀ। ਬਈ ਤੂੰ ਹੁਕਮ ਚ ਨਹੀਂ ਗਾ, ਬਈ ਤੂੰ ਤਲੀਮ ਚ ਨਹੀਂ ਗਾ, ਇਸ ਲਈ ਸਾਡੇ ਘਰ ਵਿੱਚ ਤੇਰੇ ਲਈ ਕੋਈ ਐਂਟਰੀ ਨਹੀਂ ਗੀ। ਤੇ ਜਿਹੜੇ ਬੰਦੇ ਨੇ 100 ਘਰ ਵਿੱਚ ਫਿਰਨਾ ਸੀ, 100 ਘਰ 100 ਪਿੰਡ ਫਿਰਨਾ ਸੀ, ਤੇ ਜਦੋਂ ਉਹ 100 ਪਿੰਡ ਚ ਉਹਨੂੰ ਪਨਾਹ ਨਾ ਮਿਲੀ, 100 ਘਰ ਚ ਪਨਾਹ ਨਾ ਮਿਲੀ, ਤੇ ਉਹਦੇ ਲਈ ਉਹ ਕੀ ਹੋ ਜਾਣਾ? ਉਹਦਾ ਘਰ ਬੰਦੀ ਖਾਨਾ ਹੋ ਜਾਣਾ, ਕੈਦ ਹੀ ਨਾ, ਕੈਦ ਨਾਲ ਮਾੜਾ ਹੋ ਜਾਣਾ। ਨਹੀਂ ਤੇ ਆ ਸੇਵਕ ਬੈਠੇ ਨੇ, ਪੁੱਛ ਲਓ, ਜਿੱਦਣ ਮੀਟਿੰਗ ਤੇ ਨਹੀਂ ਜਾਂਦੇ, ਇਹਨਾਂ ਦਾ ਘਰ ਜੀ ਨਹੀਂ ਲੱਗਦਾ, ਮਰਨ ਤੱਕ ਆਏ ਹੁੰਦੇ ਨੇ। ਮੇਰਾ ਤਜਰਬਾ ਹੈ ਗੱਲ ਦਾ। ਚਲੋ ਮੈਂ ਕਿਸੇ ਨੂੰ ਕੀ ਕਹਿਣਾ, ਮੈਂ ਆਪ ਨੂੰ ਕਹਿ ਦਿੰਦਾ, ਹੈ ਕਿ ਨਹੀਂ? ਮੁੱਕਰ ਜਾਓ, ਦੋ ਦਿਨ ਕਿਤੇ ਨਾ ਜਾਓ ਤੇ ਕਿੱਦਾਂ ਦਾ ਲੱਗਦਾ? ਨਵੇਂ ਪਾਸਟਰ ਹੋ ਤੁਸੀਂ, ਤਾਂ ਕੋਈ ਗੱਲ ਚਲੋ ਕਹਿਦਾ, ਫਿਰ ਮੈਂ ਜੋ ਕਹਿਣਾ, ਚਲੋ ਮੈਂ ਨਹੀਂ ਕਹਿਣਾ, ਨਹੀਂ ਕਹਿੰਦਾ ਯਾਰ, ਸੱਚ ਤੇ ਬੋਲ ਜਾ ਕਰੋ, ਕਿੱਦਾਂ ਦਾ ਲੱਗਦਾ ਜਦੋਂ ਦੋ ਦਿਨ ਨਾ ਜਾਓ? ਘਰ ਵੱਢਣ ਨੂੰ ਹੁੰਦਾ ਕਿ ਨਹੀਂ? ਬੋਲਦੇ ਨੇ, ਘਰ ਖਾਣ ਨੂੰ ਹੁੰਦਾ ਕਿ ਨਹੀਂ? ਬੱਚੇ ਖੇਡਦੇ ਚੰਗੇ ਲੱਗਦੇ ਕਿ ਨਹੀਂ? ਬੱਚੇ ਰੌਲਾ ਪਾਉਂਦੇ ਚੰਗੇ ਲੱਗਦੇ ਕਿ ਨਹੀਂ? ਸਭ ਬੋਲੀਏ। ਉਹ ਕੋਈ ਸੇਵਕ ਸੀਗੇ ਤੇ ਉਹਨਾਂ ਦੇ ਨਾਲ ਕੋਈ ਚੇਲੇ ਚਲੇ ਗਏ, ਤੇ ਸੇਵਕਾਂ ਨੂੰ ਕਹਿਣ ਲੱਗੇ, ਕਹਿੰਦੇ ਗਰਮੀ ਬੜੀ ਆ ਜੀ। ਉਹ ਕਹਿੰਦੇ ਯਾਰ ਗਰਮੀ ਗਰਮੀ ਕਾਹਦੀ ਆ, ਜੋ ਸੇਵਕਾਂ ਦੀ ਜੇਬ ਚ 100 ਦਾ ਨੋਟ ਪੈਂਦਾ ਤੇ ਠੰਡ ਪੈ ਜਾਂਦੀ ਹੈ।
ਤਜਰਬਾ ਕਰੀਏ ਉਹਦੇ ਲਈ ਇਹੀ ਬੰਦੀ ਖਾਨਾ ਹੈ। ਉਹਨੂੰ ਕਹੋ ਵੀ ਤੂੰ ਹੁਕਮ ਨੂੰ ਤੋੜਿਆ ਹੈ, ਤੂੰ ਹੁਕਮ ਦੀ ਉਲੰਘਣਾ ਕੀਤੀ ਹੈ, ਤੂੰ ਕਾਇਦੇ ਚ ਨਹੀਂ ਗਾ, ਇਸ ਲਈ ਸਾਡੇ ਘਰ ਵਿੱਚ ਤੇਰੇ ਲਈ ਕੋਈ ਕੀ ਨਹੀਂ। ਉਹਦੇ ਲਈ ਉਹ ਕੀ ਹੋ ਜਾਏਗਾ? ਬੰਦੀ ਖਾਨਾ ਹੋ ਜਾਏਗਾ। ਉਹ ਆਪਣੀ ਗਲਤੀ ਦਾ ਅਹਿਸਾਸ ਕਰੇਗਾ, ਆਪਣੀ ਗਲਤੀ ਦਾ ਪਛਤਾਪ ਕਰੇਗਾ ਔਰ ਦੁਬਾਰਾ ਉਹ ਗਲਤੀ ਨਹੀਂ ਕਰੇਗਾ, ਔਰ ਦੂਸਰਿਆਂ ਦਾ ਵੀ ਭਾਵ ਹੈ ਜਿਹੜੀ ਹੌਸਲਾ ਅਫਜ਼ਾਈ ਹੋਣੀ ਹੈ ਉਹ ਬੰਦ ਹੋ ਜਾਏਗੀ। ਹਾਲੇਲੂਇਆ। ਪਰ ਏਦਾਂ ਅੱਜ ਕੱਲ੍ਹ ਕਿਹੜੀ ਕਲੀਸੀਆ ਕਰਦੀ, ਕਿਹੜੀ ਕਲੀਸੀਆ ਕਹੇਗੀ ਨਾ ਨਾ ਭਰਾਣਾ ਰੱਬ ਦਾ ਬੰਦਾ ਕਿਦਾਂ ਕਹੀ ਜਾਓ, ਜਿੰਨਾ ਮਰਜ਼ੀ ਕਹੀ ਜਾਓ ਰੱਬ ਦਾ ਬੰਦਾ। ਰੱਬ ਦਾ ਉਹਨਾਂ ਚਿਹਰੀ ਹੈ ਜਿੰਨਾ ਚਿਰ ਰੱਬ ਦੇ ਹੁਕਮ ਦੇ ਕੀ ਹੈ। ਹੁਣ ਲੱਕੜਾਂ ਦੋਵੇਂ ਚੁਗ ਰਹੇ ਨੇ, ਲੱਕੜਾਂ ਦੋਵੇਂ ਚੁਗ ਰਹੇ ਨੇ, ਇੱਕ ਨੂੰ ਲੱਕੜਾਂ ਚੁਣਨ ਵਾਲਾ ਆਸ਼ੀਸ਼ ਮਿਲੀ ਤੇ ਇੱਕ ਨੂੰ ਲੱਕੜਾਂ ਚੁਗਣ ਨਾਲ ਉਹਨਾਂ ਨੇ ਕੀ ਦਿੱਤੀ? ਕਿਉਂ ਉਹ ਲੱਕੜਾਂ ਕਿੱਦਾਂ ਚੁਗ ਰਿਹਾ ਸੀ? ਹੁਕਮ ਦੀ ਕੀ ਕਰਕੇ, ਤਲੀਮ ਦੀ ਕੀ ਕਰਕੇ? ਅੱਗੇ ਪੜ੍ਹ ਦਿੱਤਾ ਜਾਏ ਤਾਂ ਉਸ ਬੰਦੀਖਾਨੇ ਵਿੱਚ ਰੱਖਿਆ ਕਿਉਂ ਜੋ ਅਜੇ ਤੀਕ ਇਹ ਸਫਾਈ ਨਾਲ ਨਹੀਂ ਦੱਸਿਆ ਗਿਆ ਸੀ। ਹਾਂਜੀ ਹਾਂਜੀ, ਵੀ ਉਹਦੇ ਨਾਲ ਕੀ ਕੀਤਾ ਜਾਵੇ, ਉਹਦੇ ਨਾਲ ਕੀ ਕੀਤਾ ਜਾਵੇ। ਤਾਂ ਹੀ ਹਵਾ ਨੇ ਮੂਸਾ ਨੂੰ ਫਰਮਾਇਆ, ਮੂਸਾ ਨੂੰ ਕਿਹਾ ਕਿ ਉਹ ਮਨੁੱਖ ਜ਼ਰੂਰ ਮਾਰਿਆ ਜਾਵੇ, ਉਹ ਆਦਮੀ ਜ਼ਰੂਰ ਮਾਰਿਆ ਜਾਏ, ਸਾਰੀ ਮੰਡਲੀ ਉਹਨੂੰ ਪੱਥਰਾਂ ਨਾਲ, ਸਾਰੀ ਜਮਾਤ ਉਸ ਨੂੰ ਡੇਰੇ ਤੋਂ ਬਾਹਰ ਖੜ ਕੇ ਕੀ ਮਾਰੇ, ਪੱਥਰ ਮਾਰੇ। ਖੁਦਾ ਵੀ ਇਹੋ ਜਿਹਾ ਕੀ ਨਹੀਂ ਲੈਂਦਾ, ਤੁਸੀਂ ਖੁਦਾ ਨਾਲ ਜਾ ਦੇ ਦਿਆਲੂ ਜੇ। ਅੱਜ ਗਲਤ ਬੰਦਿਆਂ ਦੀ ਜਿੰਨੀ ਹੌਸਲਾ ਅਫਜ਼ਾਈ ਕਰਦੀ ਨਾ, ਮਾਫ਼ ਕਰਨਾ, ਗੁੱਸਾ ਨਹੀਂ ਕਰਨਾ, ਸੰਗਤ ਕਰਦੀ ਹੈ। ਜਿਨ੍ਹਾਂ ਨੇ ਚਾਰ ਚਾਰ ਵਿਆਹ ਕਰਾਏ ਨੇ ਉਹਨਾਂ ਦੀ ਵੀ ਸੰਗਤ ਸਾਂ ਹੌਸਲਾ ਅਫਜ਼ਾਈ ਕਰਦੀ ਹੈ। ਮਾਫ਼ ਕਰਨਾ, ਮੈਂ ਸਿੱਧੇ ਲਫ਼ਜ਼ਾਂ 'ਚ ਬੋਲਾਂਗਾ, ਜਿਹੜੇ ਆਪਣੀਆਂ ਛੱਡ ਕੇ ਦੂਸਰਿਆਂ ਲਿਆ ਜਾਂਦੇ ਉਹਨਾਂ ਦੀ ਵੀ ਸੰਗਤ ਕੀ ਕਰੋ, ਉਹਨਾਂ ਮਗਰ ਵੀ ਬੜੇ ਲੋਕ ਨੇ, ਉੱਥੇ ਵੀ ਲੋਕ ਬੜੇ ਰੂਹ ਨਾਲ ਭਰਦੇ ਨੇ। ਲੇਕਿਨ ਇਹ ਤੁਸੀਂ ਕੋਈ ਅੱਛਾ ਕੰਮ, ਪੁੰਨ ਦਾ ਕੰਮ ਨਹੀਂ ਕਰ ਰਹੇ, ਇਹ ਤੁਸੀਂ ਕੋਈ ਪਾਪ ਖੁਦਾ ਦੀ ਇਬਾਦਤ ਨਹੀਂ ਕਰ ਰਹੇ, ਤੁਸੀਂ ਗੁਨਾਹ ਕਰ ਰਹੇ ਹੋ। ਅੱਜ ਨਹੀਂ ਲੇਕਿਨ ਬਾਅਦ ਵਿੱਚ ਤੁਹਾਨੂੰ ਇਸ ਗੱਲ ਦਾ ਕੀ ਦੇਣਾ ਪਏਗਾ, ਲੇਖਾ ਦੇਣਾ ਪਏਗਾ। ਉਹਨਾਂ ਨੇ ਉਸਨੂੰ ਫੜਿਆ ਔਰ ਕਾਹਦੇ ਵਿੱਚ ਪਾ ਦਿੱਤਾ, ਕਿਉਂ? ਕਿਉਂਕਿ ਉਹਨਾਂ ਨੇ ਦੇਖਿਆ ਕਿ ਇਹ ਖੁਦਾਵੰਦ ਦੇ ਹੁਕਮ ਦੀ ਕੀ ਕਰਨ ਡਿਆ ਹੈ, ਇਹ ਜਿਹੜਾ ਕਾਇਦਾ ਰੱਖਿਆ ਉਸ ਕਾਇਦੇ ਦੀ ਕੀ ਕਰ ਰਿਹਾ ਹੈ, ਬੇਪੱਤੀ ਕਰ ਰਿਹਾ ਹੈ, ਖੁਦਾ ਦੇ ਹੁਕਮ ਦੀ ਉਲੰਘਣਾ ਕਰ ਰਿਹਾ ਹੈ। ਲੇਕਿਨ ਉਹਨੂੰ ਸਜ਼ਾ ਨਹੀਂ, ਉਸ ਔਰਤ ਨੂੰ ਕੀ ਮਿਲੀ? ਕੀ ਅੱਜ ਕਲੀਸੀਆ ਹੈ ਇੱਦਾਂ ਦੀ? ਅੱਜ ਲੋਕਾਂ 'ਚ ਹੈ ਇੱਦਾਂ ਦੀ ਗੈਰਤ? ਅੱਜ ਹੈ ਇਹਨਾਂ 'ਚ ਇੱਦਾਂ ਦੀ ਅਣਖ? ਅੱਜ ਕੋਈ ਲਵੇਗਾ ਇੱਦਾਂ ਦਾ ਸਟੈਪ? ਜੋ ਮਰਜ਼ੀ ਜਿਹੜਾ ਮਰਜ਼ੀ ਕਰੇ ਕੋਈ ਮਤਲਬ ਹੀ ਨਹੀਂ, ਜੋ ਮਰਜ਼ੀ ਜਿਹੜਾ ਮਰਜ਼ੀ ਬੋਲੇ ਕੋਈ ਮਤਲਬ ਹੀ ਨਹੀਂ, ਜੋ ਮਰਜ਼ੀ ਜੋ ਮਰਜ਼ੀ ਕਰੇ, ਜੋ ਮਰਜ਼ੀ ਕੋਈ ਜੋ ਮਰਜ਼ੀ ਬੋਲੇ ਕੋਈ ਮਤਲਬ ਹੀ ਨਹੀਂ। ਕਹਿੰਦੇ ਅਸੀਂ ਕੀ ਲੈਣਾ, ਉਹ ਰੱਬ ਦਾ ਬੰਦਾ ਆ। ਲੇਕਿਨ ਇਹ ਤੁਸੀਂ ਗਲਤ ਕਰ ਰਹੇ ਹੋ। ਤਜਰਬਾ ਕਰੀਏ, ਇਸ ਲਈ ਉਸ ਔਰਤ ਨੂੰ ਆਸ਼ੀਸ਼ ਮਿਲੀ, ਲੇਕਿਨ ਇਹਨੂੰ ਲੱਕੜਾਂ ਚੁਣਨ ਨਾਲ ਕੀ ਮਿਲੀ? ਕਿਉਂ? ਕਿਉਂਕਿ ਇਹਨੇ ਖੁਦਾ ਦੇ ਹੁਕਮ ਨੂੰ ਕੀ ਕੀਤਾ, ਉਹ ਹੁਕਮ ਦੇ ਮੁਤਾਬਕ ਕੀ ਚੁਗ ਰਹੀ ਹੈ? ਉਹਨੂੰ ਲੱਕੜਾਂ ਚੁਣਨ ਦਾ ਹੁਕਮ ਹੋਇਆ ਹੈ, ਇਹਨੂੰ ਹੁਕਮ ਹੋਇਆ ਕਿ ਕੀ ਨਹੀਂ ਚੁਗੜੀਆਂ, ਅੱਜ ਇਹ ਹੁਕਮ ਦੀ ਉਲੰਘਣਾ ਕਰਕੇ ਕੀ ਚੁਗ ਰਿਹਾ ਹੈ, ਇਹਨੂੰ ਸਜ਼ਾ ਮਿਲੀ, ਇਹਨੂੰ ਬੰਦੀਖਾਨੇ ਵਿੱਚ ਪਾ ਦਿੱਤਾ ਗਿਆ। ਇਸ ਕਰਕੇ ਵਿਚਾਰ ਕਰਦੇ ਹਾਂ, ਜਦੋਂ ਉੱਥੇ ਪਹੁੰਚਿਆ